ਕਾਂਗਰਸ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਗੜ੍ਹ 'ਚ ਕਾਂਗਰਸ ਨੇ ਪੁਰਾਣੇ ਚਿਹਰੇ ਸ਼ੇਰ ਸਿੰਘ ਘੁਬਾਇਆ ਨੂੰ ਦਿੱਤੀ ਟਿਕਟ। ਚੰਡੀਗੜ੍ਹ 'ਚ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲੇ ਹੋ ਜਾਣ ਸਾਵਧਾਨ। ਲਾਇਸੈਂਸ ਸਸਪੈਂਡ ਹੋਣ 'ਤੇ ਦੇਣਾ ਪਵੇਗਾ ਪੇਪਰ। 3 ਨੰਬਰਾਂ ਦਾ ਇੱਕ ਪੇਪਰ ਦੇਣਾ ਹੋਵੇਗਾ ਅਤੇ ਇਸ ਪੇਪਰ 'ਚ 24 ਨੰਬਰ ਆਉਣੇ ਲਾਜ਼ਮੀ ਨੇ। ਪਟਿਆਲਾ 'ਚ ਯੂਥ ਕਾਂਗਰਸ ਪ੍ਰਧਾਨ ਵੱਲੋਂ ਉਮੀਦਵਾਰ ਧਰਮਵੀਰ ਗਾਂਧੀ ਦੇ ਹੱਕ 'ਚ ਇੱਕ ਵਰਕਰ ਮਿਲਣੀ ਰੱਖੀ ਗਈ, ਜਿਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਵਿਧਾਇਕ ਪ੍ਰਗਟ ਸਿੰਘ ਪਹੁੰਚੇ ਅਤੇ ਵਿਰੋਧੀਆਂ 'ਤੇ ਕੱਸਿਆ ਤੰਜ। ਲੁਧਿਆਣਾ 'ਚ ਦਿਨ ਦਿਹਾੜੇ ਹੀ ਘਰ 'ਚ ਵੜੇ ਚੋਰ, ਕਰੀਬ 3 ਲੱਖ ਰੁਪਏ ਦੇ ਗਹਿਣੇ ਲੈ ਕੇ ਹੋਏ ਫਰਾਰ, ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ। ਚੋਣ ਪ੍ਰਚਾਰ ਦੌਰਾਨ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਰੇਤ ਮਾਈਨਿੰਗ ਨੂੰ ਲੈ ਕੇ ਸੁਖਬੀਰ ਬਾਦਲ ਤੇ ਮਜੀਠੀਆ 'ਤੇ ਕੱਸਿਆ ਤੰਜ। ਅਜਨਾਲਾ ਦੇ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ 'ਤੇ ਪਰਿਵਾਰ ਨਾਲ ਦੁੱਖ ਜਤਾਉਣ ਪਹੁੰਚੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ। ਆਈਕਾਰਡ ਨੂੰ ਲੈ ਕੇ ਪੰਜਾਬ ਪੁਲਿਸ ਮੁਲਾਜ਼ਮ ਅਤੇ PRTC ਦੇ ਬੱਸ ਕੰਡਕਟਰ 'ਚ ਹੋਈ ਤਕਰਾਰ, ਫਿਰ ਲੱਗ ਗਿਆ ਲੰਮਾ ਜਾਮ, ਲੋਕਾਂ ਨੂੰ ਆਈਆਂ ਵੱਡੀਆਂ ਮੁਸ਼ਕਲਾਂ। ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ, ਫਿਰੋਜ਼ਪੁਰ 'ਚ 3 ਆਜ਼ਾਦ ਉਮੀਦਵਾਰਾਂ ਨੇ ਦਾਖਲ ਕੀਤੇ ਕਾਗਜ਼। ਗੁਰਦਾਸਪੁਰ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਕਾਬੂ ਕਰ, ਵੱਡੀ ਮਾਤਰਾ 'ਚ ਹੈਰੋਇਨ, ਹਥਿਆਰ ਅਤੇ 1 ਗੱਡੀ ਕੀਤੀ ਬਰਾਮਦ। SSP ਦੀਆਮਾ ਹਰੀਸ਼ ਕੁਮਾਰ ਨੇ ਦੱਸਿਆ ਨਸ਼ੇ ਖਿਲਾਫ ਚਲਾਈ ਗਈ ਸੀ ਮੁਹਿੰਮ। ਜੀਰਕਪੁਰ 'ਚ ਦਰਦਨਾਕ ਹਾਦਸਾ, ਸਕੂਲ ਜਾ ਰਹੀ ਬੱਚੀ ਸੜਕ ਹਾਦਸੇ ਦਾ ਹੋਈ ਸ਼ਿਕਾਰ, ਟਰੱਕ ਹੇਠਾਂ ਆਉਣ ਨਾਲ ਮੌਕੇ 'ਤੇ ਹੋਈ ਮੌਤ, ਮਾਂ ਨਾਲ ਸਕੂਟਰੀ 'ਤੇ ਜਾ ਰਹੀ ਸੀ ਲੜਕੀ। ਰਾਜਸਥਾਨ ਦੇ ਸਕੂਲ ਸਿੱਖਿਆ ਮੰਤਰੀ ਮਦਨ ਦਿਲਾਵਰ ਦਾ ਬਿਆਨ, ਮੋਬਾਈਲ ਫੋਨ ਇੱਕ ਬਿਮਾਰੀ ਬਣ ਗਏ ਹਨ ਅਤੇ ਅਧਿਆਪਕਾਂ ਨੂੰ ਇਹਨਾਂ ਸਕੂਲਾਂ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ਅਤੇ ਸਕੂਲਾਂ ਵਿੱਚ ਮਾਹੌਲ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਨੇ। ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਕੀਤੀ 5ਵੀਂ ਗ੍ਰਿਫਤਾਰੀ। ਦੱਸ ਦਈਏ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ 1 ਦੋਸ਼ੀ ਅਨੁਜ ਥਾਪਰ ਨੇ ਖੁਦਕੁਸ਼ੀ ਵੀ ਕਰ ਲਈ ਸੀ। ਉਧਰ ਮੁਲਜ਼ਮ ਦੇ ਪਰਿਵਾਰ ਅਤੇ ਵਕੀਲਾਂ ਨੇ ਦੋਸ਼ ਲਗਾਇਆ ਕਿ ਖੁਦਕੁਸ਼ੀ ਨਹੀਂ ਬਲਕਿ ਕਤਲ ਕੀਤਾ ਗਿਆ। ਕੇਜਰੀਵਾਲ ਦੀ ਜ਼ਮਾਨਤ ਐਸੀ 'ਚ ਮੁੜ ਸੁਣਵਾਈ, ਹੇਠਲੀ ਅਦਾਲਤ ਨੇ 20 ਮਈ ਤੱਕ ਨਿਆਇਕ ਹਿਰਾਸਤ ਵਧਾਈ। ਐਸੀ 'ਚ ਕੇਜਰੀਵਾਲ ਦੀ ਜ਼ਮਾਨਤ 'ਤੇ ਸੁਣਵਾਈ ਪੂਰੀ, ED ਨੇ ਕਿਹਾ ਬੇਲ ਮਿਲਣ 'ਤੇ CM ਦਫ਼ਤਰ ਜਾਣਗੇ ਕੇਜਰੀਵਾਲ। ਵਕੀਲ ਸਿੰਘ ਭੀਨ ਨੇ ਦੱਸਿਆ ਕਿ ਕੇਜਰੀਵਾਲ ਐਕਸਾਈਜ਼ ਪਾਲਿਸੀ 'ਤੇ ਕੰਮ ਕਰਨਗੇ, ਕੇਜਰੀਵਾਲ ਕਿਸੇ ਵੀ ਫਾਈਲ 'ਤੇ ਸਾਈਨ ਨਹੀਂ ਕਰਨਗੇ। ਕਾਂਗਰਸ ਨੂੰ ਵੱਡਾ ਝਟਕਾ, ਰਾਧਿਕਾ ਖੇੜਾ ਅਤੇ ਸ਼ੇਖਰ ਸੁਮਨ ਨੇ BJP ਦਾ ਫੜਿਆ ਪੱਲਾ। ਗੁਰੂਗ੍ਰਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਦੂਜੇ ਦਿਨ ਵੀ ਜਾਰੀ, ਤਲਾਸ਼ੀ ਮੁਹਿੰਮ ਹੋਈ ਤੇਜ਼। ਰੋਹਤਕ ਗਰਲ PG ਦੇ ਵਿੱਚ ਅੱਗ ਲੱਗਣ ਨਾਲ ਮੱਚੀ ਹਫੜਾ ਦਫੜੀ, ਸਾਰੇ ਬਿਲਡਿੰਗਾਂ ਦੇ ਵਿੱਚੋਂ ਸੁਰੱਖਿਅਤ ਲੋਕਾਂ ਨੂੰ ਕੱਢਿਆ ਗਿਆ ਬਾਹਰ, ਫਾਇਰ ਬ੍ਰਿਗੇਡ ਨੇ ਅੱਗ 'ਤੇ ਮੁਸ਼ਕਿਲ ਦੇ ਨਾਲ ਪਾਇਆ ਕਾਬੂ। ਨੀਟ ਦੇ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ 6 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ। ਮਨੀਸ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, CBI ਮਾਮਲੇ 'ਚ ਨਿਆਇਕ ਹਿਰਾਸਤ 15 ਮਈ ਤੱਕ ਵਧੀ। ਮਾਂ ਨੇ ਅਪਾਹਿਜ ਬੇਟੇ ਨੂੰ ਨਹਿਰ 'ਚ ਸੁੱਟਿਆ, ਮਗਰਮੱਛ ਦੇ ਜਬਾੜੇ 'ਚੋਂ ਮਿਲੀ ਮਾਸੂਮ ਦੀ ਲਾਸ਼। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਚੇਤਾਵਨੀ ਜਾਰੀ ਕਰਦਿਆਂ ਰਫਾਹ ਉੱਤੇ ਜ਼ਮੀਨੀ ਹਮਲੇ ਨੂੰ ਅਸਹਿਣਯੋਗ ਦੱਸਿਆ, ਕਿਹਾ ਰਫਾਹ ਉੱਤੇ ਜ਼ਮੀਨੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਗਲਵਾਰ ਸਵੇਰ ਤੋਂ ਹੀ ਰਫਾਹ 'ਚ ਹਵਾਈ ਹਮਲਿਆਂ ਦੀ ਵਧੀ ਗਿਣਤੀ। ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ 3ਜੀ ਪੁਲਾੜ ਯਾਤਰਾ ਹੋਈ ਮੁਲਤਵੀ।
ਤਕਨੀਕੀ ਖਰਾਬੀ ਦੇ ਕਾਰਨ ਟੇਕ ਆਫ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਕੀਤਾ ਫੈਸਲਾ। ਨਵੀਂ ਲਾਂਚਿੰਗ ਡੇਟ ਦਾ ਅਜੇ ਨਹੀਂ ਕੀਤਾ ਐਲਾਨ। ਰੂਸ ਵਿੱਚ ਇੱਕ ਅਮਰੀਕੀ ਫੌਜੀ ਨੂੰ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਵਾਂ ਦੇਸ਼ਾਂ ਵਿਚਾਲੇ ਵਧਿਆ ਤਣਾਅ, ਸਿਪਾਹੀ ਉੱਤੇ ਪਿਛਲੇ ਹਫ਼ਤੇ ਹੋਈ ਚੋਰੀ ਦਾ ਸ਼ੱਕ, ਜਾਂਚ ਅਜੇ ਵੀ ਜਾਰੀ। ਪੈਨਸਿਲਵੇਨੀਆ ਦੇ ਇੱਕ ਚਰਚ ਵਿੱਚ ਉਪਦੇਸ਼ ਦੌਰਾਨ ਇੱਕ ਵਿਅਕਤੀ ਨੇ ਪਾਦਰੀ ਉੱਤੇ ਤਾਣੀ ਬੰਦੂਕ, ਵਿਅਕਤੀ ਦੇ ਹੱਥੋਂ ਬੰਦੂਕ ਖੋਹ ਕੇ ਕੀਤਾ ਪੁਲਿਸ ਹਵਾਲੇ। ਪਾਕਿਸਤਾਨ ਵਿਖੇ ਲਾਹੌਰ ਵਿੱਚ ਸੰਘੀ ਜਾਂਚ ਏਜੰਸੀ ਦੇ ਮਨੁੱਖੀ ਤਸਕਰੀ ਵਿਰੋਧੀ ਸਰਕਲ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਇੱਕ ਔਰਤ ਵੀ ਸ਼ਾਮਲ ਜੋ ਵੀਜ਼ਾ ਧੋਖਾਧੜੀ ਅਤੇ ਮਨੁੱਖੀ ਤਸਕਰੀ ਦੀਆਂ ਗਤੀਵਿਧੀਆਂ 'ਚ ਸ਼ਾਮਲ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਭਰ ਵਿੱਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਗਲੇ ਸਾਲ ਮੁੜ ਸੱਤਾ ਵਿੱਚ ਆਉਣ ਉੱਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦੀ ਕੋਸ਼ਿਸ਼ ਪ੍ਰਦਾਨ ਕਰਨ ਦੀ ਚੁੱਕੀ ਸਹੁੰ। ਬ੍ਰਿਟੇਨ ਵਿੱਚ ਹੋਈਆਂ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਿੱਤੀ ਚੇਤਾਵਨੀ, ਕਿਹਾ ਵਿਰੋਧੀ ਲੇਬਰ ਪਾਰਟੀ ਦੀ ਅਗਵਾਈ ਹੇਠ ਦੇਸ਼ ਤਿਕੋਣੀ ਸੰਸਦ ਵੱਲ ਵੱਧ ਰਿਹਾ, ਸਥਾਨਕ ਚੋਣਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਮਿਲੇ ਸੰਕੇਤ। ਬੰਗਲਾਦੇਸ਼ 'ਚ ਦੋ ਹਫ਼ਤਿਆਂ ਤੋਂ ਲੂ ਦਾ ਕਹਿਰ ਜਾਰੀ, ਲੂ ਅਤੇ ਗਰਮੀ ਦੇ ਕਾਰਨ 15 ਲੋਕਾਂ ਦੀ ਹੋਈ ਮੌਤ। ਸ਼੍ਰੀਲੰਕਾ ਨੇ ਸੈਲਾਨੀਆਂ ਦੀ ਆਮਦ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਅਤੇ ਕਈ ਹੋਰ ਚੋਣਵੇਂ ਦੇਸ਼ਾਂ ਲਈ ਵੀਜ਼ਾ ਮੁਕਤ ਦਾਖਲੇ ਦਾ ਕੀਤਾ ਨਵੀਨੀਕਰਨ। ਸ਼੍ਰੀਲੰਕਾ ਦੇ ਇਸ ਕਦਮ ਨਾਲ ਦੋਹਾਂ ਦੇਸ਼ਾਂ ਵਿਚਾਲੇ ਨਿਰਵਿਘਨ ਯਾਤਰਾ ਲਈ ਖੁੱਲ੍ਹ ਜਾਣਗੀਆਂ ਦਿਲਚਸਪ ਸੰਭਾਵਨਾਵਾਂ। ਰੂਸ ਨੇ ਪਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦੀ ਬਣਾਈ ਯੋਜਨਾ, ਰੱਖਿਆ ਮੰਤਰਾਲਾ ਨੇ ਕੀਤਾ ਇਹ ਐਲਾਨ। ਰੂਸ ਦਾ ਇਹ ਕਦਮ ਅਜਿਹੇ ਸਮੇਂ ਆਇਆ ਜਦੋਂ ਕੁਝ ਦਿਨ ਪਹਿਲਾਂ ਹੀ ਪੱਛਮੀ ਦੇਸ਼ਾਂ ਨੇ ਯੂਕਰੇਨ ਨਾਲ ਜੰਗ ਨੂੰ ਲੈ ਕੇ ਮਾਸਕੋ ਖਿਲਾਫ਼ ਕੀਤੀਆਂ ਟਿੱਪਣੀਆਂ। ਚੈਂਪੀਅਨਸ ਟਰਾਫੀ ਅਗਲੇ ਸਾਲ ਪਾਕਿਸਤਾਨ 'ਚ ਹੋਣੀ ਹੈ ਅਤੇ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਗੁਆਂਢੀ ਦੇਸ਼ 'ਚ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BBCEI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਸੰਬੰਧ ਦੇ ਵਿੱਚ ਇੱਕ ਬਿਆਨ ਦਿੱਤਾ ਹੈ। ਸ਼ੁਕਲਾ ਮੁਤਾਬਿਕ ਅਗਲੇ ਸਾਲ ਫਰਵਰੀ ਮਾਰਚ 'ਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਦਾ ਫੈਸਲਾ ਕੇਂਦਰ ਸਰਕਾਰ ਦੀ ਇਜਾਜ਼ਤ 'ਤੇ ਨਿਰਭਰ ਕਰੇਗਾ। ਲਖਨਊ ਸੁਪਰ ਜਾਇੰਟਸ ਖਿਲਾਫ਼ ਆਖਰੀ ਮੈਚ ਜਿੱਤ ਕੇ ਵਾਪਸੀ ਕਰ ਰਹੀ ਹੈ ਕੋਲਕਾਤਾ ਨਾਈਟ ਰਾਈਡਰਸ। KKR ਦੀ ਟੀਮ ਮੀਂਹ ਕਾਰਨ ਫਸ ਗਈ ਹੈ। ਟੀਮ ਲਖਨਊ ਤੋਂ ਕੋਲਕਾਤਾ ਵਾਪਸ ਆ ਰਹੀ ਸੀ ਜਦੋਂ ਦੇਸ਼ ਦੇ ਪੂਰਬੀ ਹਿੱਸੇ ਦੇ ਵਿੱਚ ਭਾਰੀ ਮੀਂਹ ਕਾਰਨ KKR ਦੀ ਉਡਾਨ ਕੋਲਕਾਤਾ ਵਿੱਚ ਨਹੀਂ ਉਤਰ ਸਕੀ ਅਤੇ ਜਹਾਜ਼ ਨੂੰ ਗੁਹਾਟੀ ਭੇਜ ਦਿੱਤਾ ਗਿਆ। ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਅਮਰੀਕਾ ਅਤੇ ਵੈਸਟ ਇੰਡੀਜ਼ 'ਚ ਹੋਣ ਵਾਲੇ T20 ਵਿਸ਼ਵ ਕੱਪ 'ਚ ਪ੍ਰਵੇਸ਼ ਕਰਨ ਲਈ ਤਿਆਰ ਹੈ। ਰੋਹਿਤ ਦਾ ਇਹ ਨਵਾਂ T20 ਵਿਸ਼ਵ ਕੱਪ ਹੋਵੇਗਾ ਜੋ 2007 ਦੀ T20 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸੀ। ਅਗਲੇ ਮਹੀਨੇ ਅਮਰੀਕਾ ਅਤੇ ਵੈਸਟ ਇੰਡੀਜ਼ 'ਚ ਹੋਣ ਵਾਲੇ T20 ਵਿਸ਼ਵ ਕੱਪ ਲਈ ਕਈ ਟੀਮਾਂ ਨੇ ਖਿਡਾਰੀਆਂ ਦਾ ਐਲਾਨ ਕਰ ਦਿੱਤਾ। ਇਸ ਗਲੋਬਲ ਟੂਰਨਾਮੈਂਟ ਦੇ ਵਿੱਚ ਪਹਿਲੀ ਵਾਰ 20 ਟੀਮਾਂ ਹਿੱਸਾ ਲੈ ਰਹੀਆਂ ਨੇ ਅਤੇ ਸਾਰੀਆਂ ਟੀਮਾਂ ਨੂੰ 5-5 ਦੇ 4 ਗਰੁੱਪਾਂ ਦੇ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੇ ਵਿੱਚ ਚੋਟੀ ਦੀਆਂ 2 ਟੀਮਾਂ ਸੁਪਰ 8 ਪੜਾਅ ਲਈ ਕੁਆਲੀਫਾਈ ਕਰਨਗੀਆਂ। ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਨੇ। ਇਸ ਵਾਰ ਉਹ ਇੱਕ ਪ੍ਰਸ਼ੰਸਕ ਨਾਲ ਦੁਰਵਿਹਾਰ ਕਰਦੇ ਨਜ਼ਰ ਆਏ ਅਤੇ ਉਸਦੀ ਇਹ ਹਰਕਤ ਕੈਮਰੇ 'ਚ ਕੈਦ ਹੋ ਗਈ। ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ। ਮੰਗਲਵਾਰ ਨੂੰ ਬਾਜ਼ਾਰ 'ਚ ਫਲੈਟ ਸ਼ੁਰੂਆਤ ਤੋਂ ਬਾਅਦ ਬੈਂਚਮਾਰਕ ਸੂਚਕਾਂਕ ਫਿਸਲ ਗਏ।
ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ 'ਚ 5% ਦਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਪਾਵਰ ਗਰਿੱਡ ਦੇ ਸ਼ੇਅਰਾਂ 'ਚ 3.62% ਦੀ ਗਿਰਾਵਟ ਦਰਜ ਕੀਤੀ ਗਈ। ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਬੋਇੰਗ ਖਿਲਾਫ਼ ਇੱਕ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹੈ ਕਿ ਬੋਇੰਗ ਦੇ ਕਰਮਚਾਰੀ ਜਹਾਜ਼ ਨਿਰਮਾਤਾ ਦੇ 787 ਜੈੱਟ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਵਿੱਚ ਅਸਫਲ ਰਹੇ। ਝਾਰਖੰਡ 'ਚ ਈਡੀ ਦੇ ਛਾਪੇਮਾਰੀ ਅਤੇ ਭਾਰੀ ਮਾਤਰਾ ਦੇ ਵਿੱਚ ਨਕਦੀ ਦੀ ਬਰਾਮਦਗੀ ਜਾਰੀ ਹੈ। ਸੋਮਵਾਰ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ ਵੀ ਰਾਂਚੀ 'ਚ 5 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। NCLT ਦੀ ਮੁੰਬਈ ਬੈਂਚ ਨੇ ਅਨਿਲ ਅੰਬਾਨੀ ਦੀ ਮਲਕੀਅਤ ਵਾਲੀ ਬਿਗ FM 92.7 ਨੂੰ ਖਰੀਦਣ ਲਈ ਸੈਫੇਅਰ ਮੀਡੀਆ ਦੇ ਰੈਜੋਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੁਨੀਆ ਦਾ ਸਭ ਤੋਂ ਵੱਡਾ ਸ਼ੋਅ ਮੇਟ ਗਾਲਾ 2024 6 ਮਈ ਨੂੰ ਸ਼ੁਰੂ ਹੋਇਆ ਹੈ ਅਤੇ ਦੱਸ ਦਈਏ ਕਾਰੋਬਾਰੀ ਮੁਕੇਸ਼ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਇਸ ਸਾਲ ਮੇਟ ਗਾਲਾ ਦਾ ਹਿੱਸਾ ਬਣੀ ਹੈ। ਬਿਜ਼ਨਸ ਵੂਮੈਨ ਹੋਣ ਦੇ ਨਾਲ ਨਾਲ ਈਸ਼ਾ ਫੈਸ਼ਨ 'ਚ ਵੀ ਕਮਾਲ ਦੀ ਹੈ। ਇਸ ਦਾ ਅੰਦਾਜ਼ਾ ਉਸਦੇ ਰੈੱਡ ਕਾਰਪੇਟ ਲੁੱਕ ਤੋਂ ਲਗਾਇਆ ਜਾ ਸਕਦਾ ਹੈ। ਈਸ਼ਾ ਅੰਬਾਨੀ ਨੇ ਇਸ ਦੌਰਾਨ ਗੋਲਡਨ ਫਲੋਰਲ ਸਾੜੀ ਦਾ ਗਾਊਨ ਪਹਿਨਿਆ ਹੋਇਆ ਸੀ। ਈਸ਼ਾ ਅੰਬਾਨੀ ਦਾ ਇਹ ਗਾਊਨ ਭਾਰਤੀ ਸਟਾਈਲਿਸਟ ਅਨੀਤਾ ਸ਼ਰਾਫ ਅਦਜਾਨੀ ਅਤੇ ਡਿਜ਼ਾਈਨਰ ਰਾਹੁਲ ਮਿਸ਼ਰਾ ਦੁਆਰਾ ਤਿਆਰ ਕੀਤਾ ਗਿਆ ਸੀ। ਦਲਜੀਤ ਦੋਸਾਂਝ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਸੁਰੇਲੇ ਗਾਇਕ ਵੀ ਹਨ। ਉਹਨਾਂ ਦੀ ਗਾਇਕੀ ਦਾ ਜਲਵਾ ਵਿਦੇਸ਼ੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਦੱਸ ਦਈਏ ਕਿ ਵੈਨਕੋਵਰ ਦੇ BC ਪੈਲਸ ਵਿੱਚ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਦਲਜੀਤ ਦੋਸਾਂਝ ਨੇ ਬੱਲੇ ਬੱਲੇ ਕਰਾ ਦਿੱਤੀ ਅਤੇ ਇਸ ਦੌਰਾਨ ਦਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਦਲਜੀਤ ਦੋਸਾਂਝ ਨੇ ਸ਼ੋਅ 'ਤੇ ਆਪਣੀ ਮਾਤਾ ਨਾਲ ਸੁਲਤਾਨ ਦੋਸਾਂਝਾ ਪਹੁੰਚਿਆ ਤਾਂ ਇਸ ਦੌਰਾਨ ਦਿਲਜੀਤ ਨੇ ਮਾਤਾ ਨੂੰ ਜੱਫੀ ਪਾ ਕੇ ਇਹ ਗੱਲ ਆਖੀ। ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ ਅਤੇ ਹਰ ਈਵੈਂਟ 'ਚ ਆਲੀਆ ਦਾ ਕੁਛ ਵੱਖਰਾ ਲੁੱਕ ਹੁੰਦਾ ਹੈ, ਹਰ ਕੋਈ ਉਸਦੀ ਤਾਰੀਫ ਕਰਦਾ ਹੈ। ਮੈਟ ਗਾਲਾ 2024 ਵਿੱਚ ਵੀ ਕੁਛ ਅਜਿਹਾ ਹੀ ਹੋਇਆ। ਜੀ ਹਾਂ, ਦੱਸ ਦਈਏ ਕਿ ਆਲੀਆ ਭੱਟ ਨੇ ਮੈਟ ਗਾਲਾ ਦੇ ਰੈੱਡ ਕਾਰਪੇਟ 'ਤੇ ਸਾੜੀ ਪਾ ਕੇ ਵਾਕ ਕੀਤਾ। ਸਾੜੀ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਦਾ ਲੁੱਕ ਸਾਹਮਣੇ ਆਇਆ ਤਾਂ ਪ੍ਰਸ਼ੰਸਕ ਉਸਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਅਤੇ ਆਲੀਆ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ। ਹਾਲ ਹੀ ਵਿੱਚ ਮੀਕਾ ਸਿੰਘ ਨੇ ਦਲਜੀਤ ਦੋਸਾਂਝ ਬਾਰੇ ਟਿੱਪਣੀ ਕੀਤੀ ਹੈ। ਮੀਕਾ ਨੇ ਆਪਣੇ ਪੋਸਟ ਵਿੱਚ ਦੋਸਾਂਝਾਂ ਵਾਲਿਆਂ ਦਾ ਨਾਂ ਤਾਂ ਨਹੀਂ ਲਿਆ ਪਰ ਉਹਨਾਂ ਦਾ ਇਸ਼ਾਰਾ ਗਲੋਬਲ ਸਟਾਰ ਦਲਜੀਤ ਦੋਸਾਂਝ ਵੱਲ ਹੀ ਸੀ। ਮੀਕਾ ਸਿੰਘ ਨੇ ਕਿਹਾ ਕਿ 2001 ਦੇ ਵਿੱਚ ਮੇਰਾ ਗੱਭਰੂ ਗਾਣਾ ਆਇਆ ਸੀ ਜਿਸ ਵਿੱਚ ਮੇਰੀ ਪੱਗ ਦਾ ਇਹ ਸਟਾਈਲ ਸੀ ਅਤੇ ਇੱਕ ਵਾਰ ਫਿਰ ਤੋਂ ਇਹ ਸਟਾਈਲ ਟ੍ਰੈਂਡ ਦੇ ਵਿੱਚ ਆ ਗਿਆ ਹੈ। ਉਹਨਾਂ ਨੇ ਆਪਣੇ ਆਪ ਨੂੰ ਡੈਡ ਦੱਸਿਆ ਅਤੇ ਕਿਹਾ ਕਿ ਲੋਕ ਮੈਨੂੰ ਕਾਪੀ ਕਰ ਰਹੇ ਨੇ। ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈ ਕਿ 5ਵੇਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਮੁਹੰਮਦ ਫਰੀਕ ਚੌਧਰੀ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਿਕ ਚੌਧਰੀ ਨੇ ਦੋਵਾਂ ਸ਼ੂਟਰਾਂ ਸਾਗਰਪਾਲ ਅਤੇ ਵਿੱਕੀ ਗੁਪਤਾ ਨੂੰ ਪੈਸੇ ਅਤੇ ਸਲਮਾਨ ਖਾਨ ਦੇ ਘਰ ਬਾਹਰ ਰੇਕੀ ਕਰਨ ਵਿੱਚ ਮਦਦ ਕੀਤੀ ਸੀ ਅਤੇ ਕ੍ਰਾਈਮ ਬ੍ਰਾਂਚ ਨੇ ਅੱਜ ਚੌਧਰੀ ਨੂੰ ਮੁੰਬਈ ਵਿੱਚ ਲਿਆ ਰਹੇ ਨੇ ਅਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ।
ਹੀਰਾ ਮੰਡੀ ਨੂੰ ਲੈ ਕੇ ਸੁਰਖੀਆਂ 'ਚ ਰਹੇ ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਸ਼ੇਖਰ ਸੁਮਨ ਨੇ ਸਾਲ 2009 'ਚ ਸ਼ਤਰੂਘਨ ਸਿਨਹਾ ਦੇ ਖਿਲਾਫ਼ ਪਟਨਾ ਤੋਂ ਚੋਣ ਲੜੀ ਸੀ ਅਤੇ ਹੁਣ ਸ਼ੇਖਰ ਸੁਮਨ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਅਤੇ ਵਿਨੋਦ ਤਾਵੜੇ ਦੇ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਨੇ। ਸ਼ੇਖਰ ਸੁਮਨ ਅਜਿਹੇ ਸਮੇਂ ਵਿੱਚ ਭਾਜਪਾ 'ਚ ਸ਼ਾਮਲ ਹੋਏ ਨੇ ਜਦੋਂ ਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀਆਂ ਨੇ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਸ਼ੇਖਰ ਸੁਮਨ ਭਵਿੱਖ ਵਿੱਚ ਚੋਣ ਲੜਨਗੇ ਜਾਂ ਨਹੀਂ। ਅਦਾਕਾਰ ਜਾਨਵੀ ਕਪੂਰ ਨੇ ਹਾਲ ਹੀ 'ਚ ਆਪਣਾ ਦਿਲਕਸ਼ ਅੰਦਾਜ਼ ਦਿਖਾਇਆ ਜਿਸ 'ਚ ਜਾਨਵੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਾਨਵੀ ਦੀ ਇਹ ਲੁੱਕ ਫੈਨਸ ਵੱਲੋਂ ਕਾਫ਼ੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਜਾਨਵੀ ਇਸ ਲੁੱਕ 'ਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ। ਅਦਾਕਾਰ ਨੀਰੂ ਬਾਜਪਾਈ ਨੇ ਦੇਣੀ ਕਾਫ਼ੀ ਸੁਰਖੀਆਂ 'ਚ ਅਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟੀਵੇਟ ਰਹਿੰਦੀ ਹੈ ਅਤੇ ਹਾਲ ਹੀ 'ਚ ਨੀਰੂ ਨੇ ਕੁਝ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਨੇ। ਨੀਰੂ ਦੀ ਇਹ ਲੁੱਕ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ ਅਤੇ ਨੀਰੂ ਇਸ ਲੁੱਕ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਕਪਿਲ ਸ਼ਰਮਾ ਦੇ ਸ਼ੋਅ ਦਾ ਪ੍ਰੀਮੀਅਮ 30 ਮਾਰਚ ਤੋਂ ਨੈੱਟਫਲਿਕਸ 'ਤੇ ਹੋਇਆ ਸੀ ਅਤੇ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਵਾਪਸੀ ਕੀਤੀ ਸੀ ਅਤੇ ਦੱਸ ਦਈਏ ਕਿ ਹੁਣ ਇਸਦੀ ਰੇਟਿੰਗ ਦਿਨੋਂ ਦਿਨ ਘੱਟ ਰਹੀ ਸੀ। ਇਸ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾ ਰਿਹਾ ਸੀ ਅਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪਹਿਲਾ ਸੀਜ਼ਨ ਖਤਮ ਹੋ ਗਿਆ ਹੈ, ਮਤਲਬ ਉਸ ਦੀ ਸ਼ੂਟਿੰਗ ਖਤਮ ਹੋ ਗਈ ਹੈ ਅਤੇ ਦੂਜਾ ਸੀਜ਼ਨ ਜਲਦ ਹੀ ਆਵੇਗਾ। ਜਿੱਥੇ ਕੁਝ ਲੋਕ ਇਸ ਸ਼ੋਅ ਦੇ ਬੰਦ ਹੋਣ 'ਤੇ ਦੁਖੀ ਹਨ, ਕਮੇਡੀਅਨ ਸੁਨੀਲ ਪਾਲ ਖੁਸ਼ ਹੈ। ਉਸਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਕਪਿਲ ਸ਼ਰਮਾ ਨੂੰ ਸੰਬੋਧਿਤ ਕਰਦੇ ਹੋਏ ਆਪਣਾ ਵਿਚਾਰ ਪ੍ਰਗਟ ਕਰਦੇ ਨਜ਼ਰ ਆ ਰਹੇ ਨੇ। ਅਦਾਕਾਰ ਮਲਾਇਕਾ ਅਰੋੜਾ ਇਨੀ ਦਿਨੀ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ ਅਤੇ ਹਾਲ ਹੀ ਦੇ ਵਿੱਚ ਮਲਾਇਕਾ ਅਰੋੜਾ ਨੂੰ ਆਪਣੀ ਮਾਤਾ ਦੇ ਘਰ ਬਾਹਰ ਸਪੋਰਟ ਕੀਤਾ ਗਿਆ। ਇਸ ਦੌਰਾਨ ਮਲਾਇਕਾ ਨੇ ਪਾਪਰਾਜ਼ੀ ਨੂੰ ਪੋਜ਼ ਵੀ ਦਿੱਤੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।